ਅੱਜ ਅਸੀਂ NSIUI ਦਾ ਪ੍ਰਧਾਨ ਹੈਪੀ ਲਾਲ ਨੂੰ ਬੁਲਾਉਣ ਲਈ ਆਏ ਸੀ ਔਰ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਰੇਲਵੇ ਟਰੈਕ ਦੇ ਨਜ਼ਦੀਕ ਮਤਲਬ ਠੀਕ ਹੈ ਨੇਟ 200-250 ਫੁੱਟ ਦਾ ਗੈਪ ਹੈਗਾ ਨੇਟ ਨਜ਼ਦੀਕ ਰੱਖਿਆ ਔਰ ਫਿਊਚਰ ਦੇ ਵਿੱਚ ਮੈਨੂੰ ਪਤਾ ਨਹੀਂ ਸੀ ਇਸ ਗੱਲ ਦਾ ਕਿ ਮੈਂ ਰੇਲਵੇ ਟਰੈਕ ਦੇ ਨੇੜੇ ਪ੍ਰੋਗਰਾਮ ਰੱਖਿਆ ਹੋਇਆ ਔਰ ਜਦੋਂ ਮੈਨੂੰ ਪਤਾ ਲੱਗਿਆ ਚੱਲਣ ਲੱਗਿਆ ਉੱਥੇ ਤਾਂ ਮੈਂ ਉਸੇ ਵੇਲੇ ASI 2.5 ਨੰਬਰ ਦੀ ਡਿਊਟੀ ਲਾਈ ਵੀ 10-15 ਕੌਂਸਟੇਬਲ ਭੇਜੋ ਜੋ ਲਾਈਨ ਦੇ ਆਲੇ ਦੁਆਲੇ ਖੜੇ ਹੋਣ ਤਾਂ ਕਿ ਕੋਈ ਮਿਸ ਹੈਪਨਿੰਗ ਨਾ ਹੋਵੇ ਕਿਉਂਕਿ ਕਹਿੰਦੇ ਜਦੋਂ ਕਿਸੇ ਦਾ ਘਰ ਜਲਦਾ ਹੋਵੇ ਨਾ ਦੇਖ ਕੇ ਆਪਣਾ ਘਰ ਚੱਲ ਜਾਂਦਾ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਬੜੀ ਵੱਡੀ ਦੁਰਘਟਨਾ ਹੋਈ ਹੈ ਬਹੁਤ ਸਾਰੇ ਲੋਕ ਮਾਰੇ ਗਏ ਨੇ ਔਰ ਅਸੀਂ ਇਹਨਾਂ ਨੂੰ ਯੂਥ ਨੂੰ ਖਾਸ ਤੌਰ 'ਤੇ ਕਿਹਾ ਇਹਨਾਂ ਫਿਊਚਰ ਦੇ ਵਿੱਚ ਰੇਲਵੇ ਟਰੈਕ ਦੇ ਨੇੜੇ ਬਿਲਕੁਲ ਪ੍ਰੋਗ ਨਹੀਂ ਰੱਖੂ ਜੇ ਰੱਖੋਗੇ ਤਾਂ ਮੈਂ ਬਿਲਕੁਲ ਨਹੀਂ ਆਵਾਂ ਅੰਮ੍ਰਿਤਸਰ ਦੇ ਵਿੱਚ ਵੱਡੇ ਰੇਲ ਹਾਦਸੇ ਤੋਂ ਬਾਅਦ ਫਿਰ ਵੀ ਲੋਕ ਸਬਕ ਨਹੀਂ ਲੈ ਰਹੇ ਤੇ ਲਾਈਨਾਂ ਦੇ ਨੇੜੇ ਵੱਡੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਧੂਰੀ ਲਾਈਨ ਦੇ ਨੇੜੇ ਅੰਮ੍ਰਿਤਸਰ ਹਾਦਸੇ ਤੋਂ ਠੀਕ 8 ਦਿਨ ਬਾਅਦ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਲੁਧਿਆਣਾ ਦੇ ਕਾਂਗਰਸ ਦੇ ਹਲਕਾ ਸੈਂਟਰਲ ਦੇ MLA ਸੁਰਿੰਦਰ ਡਾਵਰ ਇਸ ਪ੍ਰੋਗਰਾਮ ਪਹੁੰਚੇ ਸੀਗੇ ਤੁਸੀਂ ਦੇਖ ਸਕਦੇ ਹੋ ਕਿ NSUI ਦੇ ਜਿਹੜੇ ਨਵੇਂ ਪ੍ਰਧਾਨ ਨਿਯੁਕਤ ਕੀਤੇ ਗਏ ਉਹਨਾਂ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਧੂਰੀ ਲਾਈਨ ਦੇ ਬਿਲਕੁਲ ਨਾਲ ਲਾਈਨਾਂ ਦੇ ਉੱਤੇ ਤੁਸੀਂ ਪ੍ਰੋਗਰਾਮ ਕੀਤਾ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਟ੍ਰੇਨ ਵੀ ਗੁਜ਼ਰ ਰਹੀ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਲੋਕ ਲਾਈਨਾਂ ਦੇ ਕੋਲੋਂ ਖੜ੍ਹੇ ਹੋਏ ਸੀਗੇ ਜਿਨ੍ਹਾਂ MLA ਸੁਰਿੰਦਰ ਡਾਵਰ ਦੇ ਇੱਥੇ ਪਹੁੰਚਣ ਤੋਂ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਕਿ ਇਹ ਲਾਈਨਾਂ ਦੇ ਨੇੜੇ ਪ੍ਰੋਗਰਾਮ ਹੋ ਰਿਹਾ ਅਤੇ ਦੂਜੇ ਪਾਸੇ ਇਹ ਪ੍ਰੋਗਰਾਮ ਦੀ ਕਿਸੇ ਵੀ ਪ੍ਰਸ਼ਾਸਨ ਤੋਂ ਇਜਾਜ਼ਤ ਲਿੱਤੀ ਗਈ ਜਾਂ ਨਹੀਂ ਲਿੱਤੀ ਗਈ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਜਿਹੜੇ ਚੌਂਕੀ ਇੰਚਾਰਜ ਨੇ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਇਸ ਪ੍ਰੋਗਰਾਮ ਦੀ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਕੋਈ ਨਹੀਂ ਲਿੱਤੀ ਗਈ ਅਤੇ ਅੰਮ੍ਰਿਤਸਰ ਹਾਦਸੇ ਤੋਂ ਬਾਅਦ ਜਿਹਦੇ ਵਿੱਚ 60 ਤੋਂ ਵੱਧ ਮੌਤਾਂ ਹੋਈਆਂ ਉਸ ਤੋਂ ਬਾਅਦ ਵੀ ਲੋਕ ਇਸ ਤਰ੍ਹਾਂ ਦੇ ਆਯੋਜਨ ਕਰ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਰਹੇ ਨੇ ਇਹ ਪ੍ਰੋਗਰਾਮ ਵੀ ਕਾਂਗਰਸ ਦੇ ਇੱਕ NSUI ਜਿਹੜਾ ਸਟੂਡੈਂਟ ਔਰਗਨਾਈਜ਼ ਸ਼ਾਖਾ ਹੈ ਉਹਦੇ ਵੱਲੋਂ ਔਰਗਨਾਈਜ਼ ਕੀਤਾ ਗਿਆ ਸੀਗਾ ਜਿਹਦੇ ਵਿੱਚ ਲੁਧਿਆਣਾ ਸੈਂਟਰਲ ਦੇ MLA ਸੁਰਿੰਦਰ ਡਾਵਰ ਵੱਲੋਂ ਸ਼ਿਰਕਤ ਕੀਤੀ ਗਈ ਸੀਗੀ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਹਾਲੇ ਵੀ ਇੱਥੇ ਮੌਜੂਦ ਨੇ ਅਤੇ ਦੂਜੇ ਪਾਸੇ ਟ੍ਰੇਨ ਵੀ ਨਿਕਲ ਰਹੀ ਆ ਇਹ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦੀ ਇਜਾਜ਼ਤ ਕੌਣ ਦਿੰਦਾ ਹੈ ਅਤੇ ਜੇ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਇਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਆਯੋਜਕ ਨੇ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਆ ਕਿਉਂਕਿ ਅੰਮ੍ਰਿਤਸਰ ਹਾਦਸੇ ਦੇ ਵਿੱਚ 60 ਤੋਂ ਵੱਧ ਮੌਤਾਂ ਜੇ ਕੌਣ ਜ਼ਿੰਮੇਵਾਰ ਹੈ ਹਜੇ ਤੱਕ ਉਹਨਾਂ ਦੀ ਜ਼ਿੰਮੇਵਾਰੀ ਕਿਸੇ ਦੀ ਤੈਅ ਨਹੀਂ ਹੋਈ ਪਰ ਇਸ ਤਰ੍ਹਾਂ ਦੇ ਧੂਰੀ ਲਾਈਨ ਦੇ ਨੇੜੇ ਆਯੋਜਨ ਲਗਾਤਾਰ ਜਾਰੀ ਨੇ ਦੁਸ਼ਹਿਰੇ ਵਾਲੇ ਦਿਨ ਵੀ ਇੱਥੇ ਵੱਡਾ ਆਯੋਜਨ ਕੀਤਾ ਗਿਆ ਸੀਗਾ ਅਤੇ ਦੈਨਿਕ ਸਵੇਰਾ ਵੱਲੋਂ ਇਸ ਖਬਰ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਸੀਗਾ ਕਿ ਧੂਰੀ ਲਾਈਨ ਦੇ ਨੇੜੇ ਇੱਕ ਵੱਡਾ ਆਯੋਜਨ ਕਰ ਅੰਮ੍ਰਿਤਸਰ ਵਗਣ ਹਾਦਸਾ ਹੋ ਸਕਦਾ ਸੀਗਾ ਪਰ ਹਾਦਸਾ ਨਹੀਂ ਹੋਇਆ ਪਰ ਉਸ ਤੋਂ ਇੱਕ ਹਫ਼ਤਾ ਬਾਅਦ ਵੀ ਲਗਾਤਾਰ ਇਸ ਤਰ੍ਹਾਂ ਦੇ ਆਯੋਜਨ ਜਾਰੀ ਨੇ ਅਤੇ ਵੱਡੇ ਲੋਕਾਂ ਦੀ ਗਿਣਤੀ ਜਿਹੜੀ ਹੈਗੀ ਹੈ ਇੱਥੇ ਸ਼ਿਰਕਤ ਕੀਤੀ ਜਾ ਰਹੀ ਹੈ ਇੱਥੇ ਕੁਝ ਕਾਂਗਰਸੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਯੂਥ ਕਾਂਗਰਸ ਦੇ ਹੈਗੇ ਹੋ ਇੱਥੇ ਪ੍ਰੋਗਰਾਮ ਕਰਵਾਇਆ ਗਿਆ ਸੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀਗਾ ਦੇਖੋ ਅੱਜ ਸਾਡੇ ਹੈਪੀ ਲਾਲੀ ਹੈ ਉਹਨਾਂ ਨੂੰ ਲੁਧਿਆਣਾ ਸੈਂਟਰਲ ਕੌਂਸਟੀਚੁਐਂਸੀ ਤੋਂ ਜਿਹੜੇ ਆਪਣੇ ਪੰਜਾਬ ਦੇ NSU ਦੇ ਪ੍ਰਧਾਨ ਨੇ ਅਕਸ਼ੇ ਜੀ ਸੁਰਿੰਦਰ ਡਾਵਰ ਜੀ ਉਹਨਾਂ ਨੇ ਆ ਕੇ ਇੱਥੇ ਉਹਨਾਂ ਨੂੰ ਨਵਾਜ਼ਿਆ NSUI ਲੁਧਿਆਣਾ ਸੈਂਟਰ ਦਾ ਪ੍ਰਧਾਨ ਬਣਾਇਆ ਧੂਰੀ ਲਾਈਨ ਦੇ ਨੇੜੇ ਆਯੋਜਨ ਕਰ ਰਹੇ ਹੋ ਅੰਮ੍ਰਿਤਸਰ ਦੇ ਵਿੱਚ ਵੱਡਾ ਹਾਦਸਾ ਹੋਇਆ ਪਰ ਫਿਰ ਵੀ ਤੁਸੀਂ ਲਾਈਨਾਂ ਦੇ ਨੇੜੇ ਵੱਡਾ ਆਯੋਜਨ ਕਰ ਰਹੇ ਹੋ ਸੈਂਕੜੋ ਦੀ ਲੋਕ ਇੱਥੇ ਮੌਜੂਦ ਨੇ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਰਹੇ ਹੋ ਕੀ ਕਹਿਣਾ ਚਾਹੋਗੇ ਦੇਖੋ ਪਹਿਲਾਂ ਤਾਂ ਆਯੋਜਕਾਂ ਨੇ ਜਿਹੜੇ ਆਯੋਜਕ ਨੇ ਉਹਨਾਂ ਨੇ ਇੱਥੇ ਫੰਕਸ਼ਨ ਕੀਤਾ ਅਸੀਂ ਤਾਂ ਇਹ ਮੌਕੇ 'ਤੇ ਆਏ ਹਾਂ ਦੂਜੀ ਗੱਲ ਇੱਥੇ ਆ ਕੇ ਦੇਖਿਆ ਇੱਥੇ ਸਿਕਿਉਰਿਟੀ ਬਰਾਬਰ ਲੱਗੀ ਹੋਈ ਸੀ ਪੁਲਿਸ ਵਾਲੇ ਮੁਲਾਜ਼ਮ ਵੀ ਲੱਗੇ ਹੋਏ ਸੀ ਜਦੋਂ ਆਯੋਜਨ ਕੀਤਾ ਗਿਆ ਉਸ ਤੋਂ ਬਾਅਦ ਸਿਕਿਉਰਿਟੀ ਕੀਤੀ ਗਈ ਹੈ ਤੁਹਾਡੇ MLA ਸੈਂਟਰਲ ਸੁਰਿੰਦਰ ਡਾਵਰ ਨੇ ਖੁਦ ਕਿਹਾ ਕਿ ਉਹਨਾਂ ਵੱਲੋਂ ਇਨਫੋਰਮ ਕੀਤਾ ਗਿਆ ਪੁਲਿਸ ਨੂੰ ਤਾਂ ਕਿ ਇੱਥੇ ਕੋਈ ਹਾਦਸਾ ਨਾ ਹੋਵੇ ਆਯੋਜਨ ਹੋਣ ਤੋਂ ਪ੍ਰੋਗਰਾਮ ਸ਼ੁਰੂ ਹੋਣ ਤੋਂ ਬਾਅਦ ਸਿਕਿਉਰਿਟੀ ਲਗਾਈ ਗਈ ਆ ਬੁਲਾਈ ਗਈ ਆ ਜਦਕਿ ਪੁਲਿਸ ਵਾਲਿਆਂ ਦਾ ਕਹਿਣਾ ਕਿਸੇ ਤਰ੍ਹਾਂ ਦੀ ਜਿਹੜੇ ਹੈਗਾ ਪ੍ਰਸ਼ਾਸਨ ਵੱਲੋਂ ਕੋਈ ਵੀ ਇਜਾਜ਼ਤ ਨਹੀਂ ਲਿੱਤੀ ਗਈ ਪ੍ਰੋਗਰਾਮ ਦੀ ਇਸ ਬਾਰੇ ਨਹੀਂ ਪਤਾ ਮੈਨੂੰ ਕਿਉਂਕਿ ਮੈਂ ਵੀ ਇੱਥੇ ਇਨਵਾਈਟਿਡ ਹਾਂ ਮੈਨੂੰ ਵੀ ਬੁਲਾਇਆ ਗਿਆ ਮੈਂ ਆਇਆ ਇਸ ਬਾਰੇ ਤੁਹਾਨੂੰ ਨਹੀਂ ਪਤਾ ਜਾਣੂ ਨਹੀਂ ਹੈਗੇ ਸੀ ਜੀ ਬਿਲਕੁਲ ਇਹ ਯੂਥ ਕਾਂਗਰਸ ਦੇ ਆਗੂ ਸੀਗੇ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਆਏ ਸੀਗੇ ਉਹਨਾਂ ਵੱਲੋਂ ਕਹਿ ਕੇ ਸਾਨੂੰ ਵੀ ਪਤਾ ਨਹੀਂ ਸੀਗਾ ਕਿ ਇਸ ਪ੍ਰੋਗਰਾਮ ਦੇ ਵਿੱਚ ਕਿਸ ਤਰ੍ਹਾਂ ਦੀ ਇਜਾਜ਼ਤ ਲਿੱਤੀ ਗਈ ਆ ਜਾਂ ਨਹੀਂ ਲਿੱਤੀ ਗਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਮੌਕੇ ਤੇ ਪਹੁੰਚ ਗਈ ਆ ਅਤੇ ਲੋਕਾਂ ਵੱਲੋਂ ਲੋਕਾਂ ਨੂੰ ਜਿਹੜੀ ਲਾਈਨਾਂ ਦੇ ਉੱਤੋਂ ਹਟਾ ਰਹੀ ਆ ਅਤੇ ਦੂਜੇ ਪਾਸੇ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਤਰ੍ਹਾਂ ਇਸ ਪ੍ਰੋਗਰਾਮਾਂ ਦੀ ਜਿਹੜੀ ਇਜਾਜ਼ਤ ਹੈ ਪ੍ਰਸ਼ਾਸਨ ਵੱਲੋਂ ਕਿਉਂ ਨਹੀਂ ਲਿੱਤੀ ਜਾਂਦੀ ਅਤੇ ਜੇ ਪ੍ਰਸ਼ਾਸਨ ਵੱਲੋਂ ਇਜਾਜ਼ਤ ਨਹੀਂ ਲਿੱਤੀ ਜਾਂਦੀ ਅਤੇ ਉਹਨਾਂ ਦੇ ਉੱਤੇ ਵਿਰੁੱਧ ਕੋਈ ਕੀ ਕਾਰਵਾਈ ਕੀਤੀ ਹੋਊਗੀ ਅਸੀਂ ਇੱਥੇ ਪ੍ਰੋਗਰਾਮ ਦੇ ਜਿਹੜੇ ਆਯੋਜਕ ਹੈ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਪਰ ਉਹ ਕੈਮਰੇ ਤੋਂ ਭੱਜਦੇ ਨਜ਼ਰ ਆ ਰਹੇ ਨੇ ਸਾਹਮਣੇ ਬਿਲਕੁਲ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਗਰਾਮ ਬੇਸ਼ੱਕ ਸਮਾਪਤ ਹੋ ਚੁੱਕਿਆ ਪਰ ਇਸ 'ਤੇ 1 ਤੋਂ 1.5 ਘੰਟਾ ਪ੍ਰੋਗਰਾਮ ਲਗਾਤਾਰ ਚੱਲਦਾ ਰਿਹਾ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਜਦੋਂ MLA ਸੈਂਟਰਲ
सुरिंदर डावर इस मौके पर पहुंचे। उन्होंने वालों अपनी बाइट के इंटरव्यू दसिया गया कि उन्होंने वालों लाइना के नेड़े जो प्रोग्राम हो रहा है पुलिस फोर्स को बुलाया गया ताकि कोई अनसुकामी ना घटना ना हो सके। पर इस तरह के प्रोग्रामों इजाजत करन दी प्रोग्राम करन दी इजाजत कौन दिंदा ये देखने वाली गल होगी। तो प्रशासन दूजे पासे प्रशासन लगातार वड्डी अणगहली सामने आ रही है क्योंकि अमृतसर रेल हादसे तो बाद सानू वड्डा सबक लैके इस तरह के आयोजन रेलवे लाइना के नेड़े नहीं करने चाहिए। देखने वाली गल होगी कि प्रशासन किस तरह की जिहड़ी हैगी इजाजत इन्हां दे प्रोग्राम दे क्यों नहीं क्यों दिंदा है। तो जिहड़े जे प्रोग्राम जिहड़े लाइना दे नेड़े कीते जांदे हन ते उन्हां दे उत्ते क्यों नहीं कार्रवाई होंदी तां कि आने वाले टाइम दे विच इस तरह के जिहड़े प्रोग्राम कीते जांदे उन्हां तों कोई वड्डा हादसा ना होवे। प्रशासन वालों लगातार अणगहली जिहड़ी हैगी है वह भी सामने आ रही है तो आयोजकों वालों भी अणगहली सामने आ रही। देखना यह होया कि प्रशासन हुण किस तरह की हरकत चाहता होया आयोजकों उत्ते कार्रवाई करता। कैमरामैन रोहित के नाल विवेक ढाल दैनिक सवेरा टीवी लुधियाना।